ਅੰਦਰ ਵੱੜਦਿਆਂ ਵੱਡੀ ਸਾਰੀ ਦਲਾਨ ਵਿੱਚ ਗੱਡੀ ਰੁਕੀ ਅਤੇ ਅੱਗੇ ਚੌરસ ਵੇੜਾ ਸੀ ਤਿੰਨ ਮੰਜ਼ਿਲਾਂ ਨੂੰ ਚੜਨ ਲਈ ਵੇੜੇ ਦੀ ਖੁੰਝੋਂ ਛੱਤ ਨਾਲ ਟੰਗੀਆਂ ਗੋਲ ਪੌੜੀਆਂ ਚੜ੍ਹਦੀਆਂ ਸਨ ਉੱਪਰਲੀ ਮੰਜ਼ਿਲ ਤੇ ਕਮਰੇ ਦੀਆਂ ਤਾਕੀਆਂ ਵੀ ਵੇੜੇ ਵੱਲ ਹੀ ਖੁੱਲ੍ਹਦੀਆਂ ਸਨ ਕੰਦਾਂ ਤੇ ਥਾਂ-ਥਾਂ ਵਿਨਾਕਾਰੀ ਅਤੇ ਚਿਰਾਗ ਜਗਾਉਣ ਲਈ ਆਲੇ ਰੱਖੇ ਹੋਏ ਸਨ ਸੀਮਿੰਟ ਦੇ ਰੋਸ਼ਨਦਾਨ ਅਤੇ ਲੱਕੜ ਦੇ ਭਾਰੇ ਦਰਵਾਜ਼ੇ ਸਨ ਵਹਾਂਤ ਬਲਬਲ ਦਾ ਵੱਡਾ ਕਮਰਾ ਵਿੜੇ ਅੰਦਰ ਵੱੜਦਿਆਂ ਸੱਜੇ ਪਾਸੇ ਸੀ ਉੱਚੀਆਂ ਛੱਤਾਂ ਵਾਲੇ ਸੀਮਿੰਟ ਦੇ ਪੱਕੇ ਫਰਸ਼ਾਂ ਵਾਲੀ ਇਹ ਕੋਠੀ ਸੰਭਾਲ ਪੱਖੋਂ ਸੰਭੀ ਹੋਈ ਲੱਗ ਰਹੀ ਸੀ ਬਲਬਲ ਦੇ ਕਮਰੇ ਦੇ ਐਨ ਦੂਜੇ ਪਾਸੇ ਲੰਗਰ ਹਾਲ ਤੇ ਰਸੋਈ ਸੀ ਜਿੱਥੇ ਲਾਲੀ ਰੋਟੀ ਟੁਕ ਤਿਆਰ ਕਰਦੀ ਸੀ ਆਪਣੇ ਕਮਰੇ ਵਿੱਚ ਲੈ ਜਾ ਕੇ ਇੱਕ ਪਾਸੇ ਪਈ ਕੁਰਸੀ ਤੇ ਮੀਰਾ ਨੂੰ ਬੈਠਣ ਦਾ ਇਸ਼ਾਰਾ ਕੀਤਾ ਹੱਥਾਂ ਪੈਰਾਂ ਵਿੱਚੋਂ ਗਹਿਣੇ ਉਤਾਰ ਕੇ ਸ਼ੀਸ਼ੇ ਮੂਰੇ ਧਰਦੀ ਬਲਬਲ ਕੋਲ ਆ ਕੇ ਬੈਠਦੀ ਬੋਲੀ ਅੱਜ ਤੋਂ ਮੈਂ ਤੇਰੀ ਗੁਰੂ ਤੇ ਤੂੰ ਮੇਰੀ ਚੇਲੀ ਹੈ ਜਗਨੂ ਵੀ ਮੇਰਾ ਹੀ ਚੇਲਾ ਹੈ ਇਸ ਪਰਿਵਾਰ ਦਾ ਹਿੱਸਾ ਹੈ ਪਰ ਉਸ ਦੀ ਕਲਾ ਨਿਖਾਰਨ ਲਈ ਉਸ ਦਾ ਉਸਤਾਦ ਕੋੜੇਮਲ ਹੈ ਜੋ ਕਿ ਸਾਡੀ ਬਰਾਦਰੀ ਦਾ ਨਹੀਂ ਇੱਕ ਗਰੀਬ ਮਰਾਸੀ ਪਰਿਵਾਰ ਨਾਲ ਸੰਬੰਧ ਰੱਖਣ ਵਾਲਾ ਬੇਵਸ ਇਨਸਾਨ ਹੈ ਜੋ ਕਿ ਗਵਾਂਡ ਵਿੱਚ ਹੀ ਰਹਿੰਦਾ ਹੈ ਪਰ ਸਾਡਾ ਹੀ ਹੋ ਕੇ ਰਹਿ ਗਿਆ ਤੇਰੇ ਅੰਦਰ ਜੋ ਵੀ ਕਲਾ ਭਰਨੀ ਹੈ ਤੇਰੇ ਹੁਨਰ ਨੂੰ ਨਿਖਾਰਨਾ ਹੈ ਉਹ ਮੇਰਾ ਕੰਮ ਹੈ ਤੂੰ ਦੇਖੀ ਸਹੀ ਹੀਰੇ ਵਾਂਗ ਤਰਾਸ਼ ਦੇਾਂਗੀ ਠੀਕ ਹੈ ਗੁਰੂ ਜੀ ਹੱਥ ਬੰਦੀ ਮੀਰਾ ਹੰਗਾਰਾ ਪਰ ਰਹੀ ਸੀ ਦੇਖ ਬਿੱਲੋ ਰਾਣੀ ਸਾਡਾ ਜਹਾਨ ਤਾਂ ਆ ਦੁਨੀਆ ਹੀ ਹੈ ਮੋ ਮੁਹੱਬਤ ਕੰਮਕਾਰ ਦੇਣ ਲੈਣ ਗਿਲੇ ਸ਼ਿਕਵੇ ਚਾਰੀਜਾਂ ਖੁਸ਼ੀਆਂ ਗਮੀਆਂ ਸਭ ਅੱਜ ਤੋਂ ਬਾਅਦ ਇਸ ਚਾਰਦੁਆਰੀ ਦੇ ਗੱਲ ਲੱਗ ਕੇ ਹੀ ਪੂਰਨੀਆਂ ਨੇ ਪੂਰੀ ਸ਼ਿੱਦਤ ਨਾਲ ਮਾ ਵਰਗੇ ਰਿਸ਼ਤੇ ਤੇ ਪੂਰੀ ਉਤਰਾਂਗੀ ਤੇ ਤੇਰੇ ਤੋਂ ਵੀ ਔਲਾਦ ਵਰਗੇ ਮੋਹ ਤੇ ਮਾਂ ਦੀ ਆਸ ਰੱਖਾਂਗੀ ਰੱਬ ਤੈਨੂੰ ਤੌਫੀਕ ਬਖਸ਼ੇ ਸਲਾਮਤ ਰੱਖੇ ਮੇਰੀ ਜਾਨ ਹੱਥ ਉੱਤੇ ਨੂੰ ਕਰਕੇ ਜੋੜਦੀ ਬਲਬਲ ਮੀਰਾ ਦੀ ਸਲਾਮਤੀ ਦੀ ਖੈਰ ਮੰਗ ਰਹੀ ਸੀ ਬਿਲਕੁਲ ਗੁਰੂ ਜੀ ਮੈਂ ਤਨ ਮਾਨ ਨਾਲ ਤੁਹਾਡੀ ਹਰ ਆਸ ਮੁਰਾਦ ਪੂਰੀ ਕਰੂੰਗੀ ਤੁਸੀਂ ਮੈਨੂੰ ਗੱਲ ਆਇਆ ਅਸਲੀ ਸ਼ੁਕਰੀਆ ਕਰਦੀ ਹਾਂ ਮੇਰਾ ਪਤਾ ਨਹੀਂ ਇਨੀ ਲਿਆਕਤ ਵਾਲੀ ਤੇ ਉਮਰ ਤੋਂ ਵੱਡੀ ਗੱਲ ਕਿਵੇਂ ਕਰ ਗਈ ਸੀ ਮਾਨ ਦੇ ਕਿਸੇ ਖੁੰਝੋਂ ਅਜੇ ਉਹ ਲਾਲੀ ਬਾਰੇ ਕਲ ਸੁਣਨਾ ਚਾਹੁੰਦੀ ਸੀ ਪਰ ਡੇਰੇ ਦੀ ਜਾਣ ਪਹਿਚਾਨ ਵੇਲੇ ਬਲਬਲ ਨੇ ਉਸ ਦਾ ਕੋਈ ਜ਼ਿਕਰ ਹੀ ਨਹੀਂ ਕੀਤਾ ਸੀ ਆ ਲਾਲੀ ਮੀਰਾ ਨੂੰ ਇਸ ਦਾ ਕਮਰਾ ਦਿਖਾ ਤੇ ਉੱਤੇ ਛੱਡ ਕੇ ਆ ਪੂਰਾ ਆਰਾਮ ਕਰ ਲਵੇ ਤੇ ਕਪੜਾ ਲੀੜਾ ਬਦਲ ਲਵੇ। ਮਹਾਂਤ ਬਲਬਲ ਨੇ ਹੁਕਮ ਕੀਤਾ। ਗੋਲ-ਗੋਲ ਹਨੇਰੀਆਂ ਫੌੜੀਆਂ ਵਿੱਚ ਲਾਲੀ ਦੇ ਪਿੱਛੇ-ਪਿੱਛੇ ਮੀਰਾ ਵੀ ਪਹਿਲੀ ਮੰਜ਼ਿਲ ਤੇ ਸ਼ਾਨਦਾਰ ਕਮਰੇ ਵਿੱਚ ਪਹੁੰਚੀ। ਚੌੜੇ ਪਾਵਿਆਂ ਵਾਲੇ ਨਿਮਾਰ ਦੇ மஞ்சੇ ਤੇ ਲਾਲ ਚਾਦਰ ਵਿਛੀ ਹੋਈ ਸੀ। ਫਰਸ਼ ਤੇ ਸੋਨਾ ਫੁੱਲਾਂ ਵਾਲਾ ਕਾਲੀਨ ਕਾਂਸ਼ ਤੇ ਪਏ ਕਾਗਜ਼ੀ ਫੁੱਲਾਂ ਵਾਲੇ ਫੁੱਲਦਾਨਾਂ ਨਾਲ ਸਜਿਆ ਕਮਰਾ ਸੱਚ ਨਾਲ ਹੀ ਜਿਹਾ ਆਇਆ ਕਹਿ ਰਿਹਾ ਸੀ। ਸਾਰੀ ਕੋਠੀ ਵਿੱਚ ਤੇਜ਼ ਧੂਪ ਬੱਤੀ ਦੀਆਂ ਸੁਗੰਧੀਆਂ ਸਾਰੇ ਕਪਾਟ ਖੋਲ ਰਹੀਆਂ ਸਨ ਆਹ ਹੈ ਜੀ ਤੁਹਾਡੀ ਰਿਹਾਇਸ਼ ਲਈ ਕਮਰਾ ਲਾਲੀ ਮੁਸਕਰਾ ਕੇ ਬੋਲੀ ਮੀਰਾ ਦੀਆਂ ਨਜ਼ਰਾਂ ਵਿੱਚ ਉਪਰਾਪਨ ਤੇ ਡੋਰਪੋਰ ਵਾਲਾ ਅਹਿਸਾਸ ਦੇਖਦੀ ਉਹ ਫਿਰ ਬੋਲੀ ਡਰਨ ਵਾਲੀ ਕੋਈ ਗੱਲ ਨਹੀਂ ਆਹ ਦੋ ਕਮਰੇ ਛੱਡ ਕੇ ਮੇਰਾ ਕਮਰਾ ਹੈ ਆਪਾਂ ਕੋਲ-ਕੋਲ ਹੀ ਆ ਉਸ ਦੇ ਗੱਲ ਕਰਨ ਦੇ ਅੰਦਾਜ਼ ਤੇ ਚਾਰਕੂ ਬੋਲ ਹੀ ਕੁੜੀ ਦੋਸਤੀ ਦੀ ਸੱਤ ਪਾ ਰਹੇ ਲੱਗਦੇ ਸਨ ਮੀਰਾ ਨੇ ਵੀ ਪਰਮੀ ਮੁਸਕਰਾਹਟ ਨਾਲ ਸੁੱਖ ਦਾ ਸਾਹ ਲਿਆ ਤੇ ਸ਼ੁਕਰਾਨਾ ਕੀਤਾ ਰਾਤ ਦੀ ਰੋਟੀ ਲਾਲੀ ਨੇ ਰਸੋਈ ਦੇ ਨਾਲ ਲੱਗਦੇ ਲੰਗਰ ਹਾਲ ਵਿੱਚ ਫਰੋਸ ਦਿੱਤੀ ਸਭ ਤੋਂ ਪਹਿਲਾਂ ਮਹੰਤ ਬਲਬਲ ਨੂੰ ਤੇ ਫਿਰ ਸਾਰਿਆਂ ਨੇ ਆਪ ਉਹ ਆਪਣੇ ਲਈ ਰੋਟੀ ਪਾ ਲਈ ਰੋਟੀ ਖਾ ਕੇ ਹੱਥ ਧੋਂਦੀ ਬਲਬਲ ਨੇ ਜਗਨੂ ਨੂੰ ਇਸ਼ਾਰਾ ਕੀਤਾ ਰੌ ਰੀਤੀ ਮੁਤਾਬਕ ਰਸਮ ਕਰਨ ਲਈ ਖੁੱਲੇ ਵਿਹੜੇ ਵਿੱਚ ਜਗਨੂ ਨੇ ਢੋਲਕੀ ਨੂੰ ਥਾਪ ਦਿੱਤੀ ਤਾਰਿਆਂ ਭਰਿਆ ਅੰਬਰ ਟਿਮਟਿਮ ਕਰ ਰਿਹਾ ਸੀ ਠੰਡੀ ਠੰਡੀ ਲੋਹ ਦਾ ਬੁੱਲਾ ਮੁੜ ਕੇ ਨਾਲ ਭਿੱਜੇ ਬਦਨਾਂ ਨੂੰ ਠੰਡਕ ਵਾਰ ਰਿਹਾ ਸੀ ਬਾਂਦੇ ਮੰਜੇ ਤੇ ਬੈਠੀ ਬੁਲਬੁਲ ਨੇ ਢੋਲਕੀ ਦੀ ਤਾਲ ਤੇ ਤਾੜੀ ਮਾਰਦਿਆ ਉੱਚੀ ਆਵਾਜ਼ ਵਿੱਚ ਸੁਰ ਛੇੜਿਆ ਤੇਰੇ ਹੱਥ ਤਦਵੀਰਾ ਉਹ ਤੇਰੇ ਹੱਥ ਤਦਵੀਰਾ ਤਕਦੀਰ ਲਿਖਦੇ ਸਾਡੇ ਲੇਖਾਂ ਵਿੱਚ ਆਪਣੀ ਲਕੀਰ ਲਿਖਦੇ ਲਕੀਰ ਲਿਖਦੇ ਕੋਈ ਆਖੇ ਤੈਨੂੰ ਮਾਇਆ ਕੋਈ ਆਖਦਾ ਏ ਢੋਲਾ ਪੈਂਦਾ ਮੰਦਰੀ ਵਸੀਤੀ ਨਿਤ ਇਹੀ ਹੋ ਰੋਲਾ ਸਾਨੂੰ ਧੀ ਦੋ ਰਾਂਜਾ ਭਾਵੇਂ ਜੱਟੀ ਹੀਰ ਲਿਖਦੇ ਸਾਡੇ ਲੇਖਾਂ ਵਿੱਚ ਆਪਣੀ ਲਕੀਰ ਲਿਖ ਦੇ ਤੇਰੇ ਹੱਥ ਤਦਵੀਰਾਂ ਬੁਲਬੁਲ ਦੇ ਵਿਰਾਗਮਈ ਬੋਲ ਟਿੱਕੀ ਰਾਤ ਨੂੰ ਇਬਾਦਤੀ ਧੁਨਾ ਦਾ ਰੂਪ ਧਾਰਨ ਕਰ ਗਏ ਲੱਗਦੇ ਸਨ ਅੱਖਾਂ ਬੰਦ ਕਰਦੀ ਕਦੇ ਉਹ ਤਾੜੀ ਮਾਰਦੀ ਕਦੇ ਅੰਬਰ ਵੱਲ ਬਾਹਾਂ ਚੁੱਕ ਚੁੱਕ ਕੇ ਮਨ ਦੀ वेदना ਗਾ ਰਹੀ ਲੱਗਦੀ ਸੀ ਜਿਗਨੂ ਢੋਲਕੀ ਦੀ ਤਾਲ ਨਾਲ ਝੂਮ ਰਿਹਾ ਸੀ ਲਾਲੀ ਦੇ ਨੈਣ ਕਿਸੇ ਭਰੀ ਕਾਲੀ ਬਦਲੀ ਵਾਂਗ ਬਰਸ ਰਹੇ ਸਨ ਉਸ ਦਾ ਦਰਦ ਜਦੋਂ ਹੱਦ ਬੰਨੇ ਟੱਪਣ ਲੱਗਿਆ ਤਾਂ ਉਸ ਨੇ ਆਪਣਾ ਹੰਝੂ ਭਰਿਆ ਚਿਹਰਾ ਸਿਰ ਤੇ ਲਈ ਜਾਲੀ ਵਾਲੀ ਚੁੰਨੀ ਨਾਲ ਢਕ ਲਿਆ ਚੰਨ ਦੀ ਦੁਧੀਆਂ ਚਾਨਣੀ ਵੀ ਉਸ ਦੇ ਪੱਖ ਦੇ ਗੁਲਾਬੀ ਚਿਹਰੇ ਤੋਂ ਲੋ ਉਧਾਰੀ ਮੰਗਦੀ ਲੱਗ ਰਹੀ ਸੀ ਪਤਾ ਨਹੀਂ ਕਿਸ ਪੀੜ ਦੀ ਪਰੁੰਨੀ ਲਾਲੀ ਦੁਸ਼ਵਾਰ ਜ਼ਿੰਦਗੀ ਨਾਲ ਦੋਹੱਤ ਕਰਦੀ ਲੱਗ ਰਹੀ ਸੀ ਗੀਤ ਖਤਮ ਹੋਇਆ ਮੰਜੇ ਥੱਲੇ ਪਿਆ ਪਾਣੀ ਦਾ ਗਲਾਸ ਪੀਂਦੀ ਬਲਬਲ ਨੇ ਢੇਰ ਦੁਆਵਾਂ ਦਿੰਦਿਆਂ ਕਿਹਾ ਰੱਬ ਭਾਗ ਲਾਵੇ ਤੇਰੀ ਦੁਆ ਕਦੇ ਅਵੱਲੀ ਨਾ ਜਾਵੇ ਮੇਰੀ ਬਿੱਲੋ ਰਾਣੀ ਤੇਰੇ ਹੁਸਨ ਦੇ ਚਰਚੇ ਗਲੀ ਮੁਹੱਲੇ ਹੋਣ ਤੇ ਤੇਰੀ ਅੱਡੀ ਦੀ ਧਮਕ ਅੰਬਰੀ ਪਹੁੰਚੇ ਜਾਓ ਸੌਂ ਜਾਓ ਸਾਰੇ ਮੈਂ ਵੀ ਬਹੁਤ ਥੱਕ ਗਈ ਹਾਂ ਬਾਕੀ ਗੱਲ ਕੱਲ ਕਰਾਂਗੇ ਕਮਰੇ ਵਿੱਚ ਇਕੱਲੀ ਪਈ ਮੀਰਾ ਨੂੰ ਕਦੇ ਰੇਖਾ ਕਦੇ ਨੂਰੀ ਕਦੇ ਮਹੰਤ ਲੈਂਚੀ ਤੇ ਮੰਨੂ ਯਾਦ ਆਉਂਦੇ ਕਿਹੋ ਜਿਹਾ ਮਨ ਹੈ ਕਿਵੇਂ ਸਾਝ ਪਾ ਲੈਂਦਾ ਹੈ ਚੰਗੀਆਂ ਰੂਹਾਂ ਕਿਵੇਂ ਮਨ ਦੇ ਕੋਨੇ ਮਲ ਕੇ ਬਹਿ ਜਾਂਦੀਆਂ ਨੇ ਸੋਚਾਂ ਦੀ ਘੁੰਮਣ ਘੇਰੀਆਂ ਵਿੱਚ ਫਸੀ ਮੀਰਾ ਦੀ ਅੱਖ ਲੱਗ ਗਈ ਅਗਲੀ ਸਵੇਰ ਨਹਾਤ ਹੋ ਕੇ ਤਿਆਰ ਸਭ ਨਾਸ਼ਤੇ ਲਈ ਇਕੱਠੇ ਹੋਏ ਖਾਣ ਪੀਣ ਤੋਂ ਬਾਅਦ ਬਲਬਲ ਨੇ ਬਾਕੀ ਸਭ ਨੂੰ ਤੋੜ ਕੇ ਮੀਰਾ ਨੂੰ ਰੁਕਣ ਦਾ ਇਸ਼ਾਰਾ ਕੀਤਾ ਅਤੇ ਡੇਰੇ ਦੇ ਅਸੂਲਾਂ ਦੀ ਮੋਟੀ ਮੋਟੀ ਜਾਣਕਾਰੀ ਦਿੰਦਿਆਂ ਕਿਹਾ ਵੇਖ ਮੀਰਾ ਅਸੀਂ ਗਲੀ ਮੁਹੱਲੇ ਮੋੜਾਂ ਤੇ ਖੜ ਕੇ ਲੱਚਰਪੁਣਾ ਨਹੀਂ ਖਿੰਡਾਉਣਾ ਬਿਨਾਂ ਵਜ੍ਹਾ ਤਾੜੀ ਨਹੀਂ ਮਾਰਨੀ ਤੇ ਨਾ ਹੀ ਵਧਾਈ ਵਾਲੇ ਘਰ ਅੜੀ ਕਰਨੀ ਹੈ ਪਤਾ ਨਹੀਂ ਅਗਲਾ ਕਿਹੜੇ ਹਾਲ ਹੀ ਦਿੰਦਾ ਜੋ ਖੁਸ਼ੀ ਨਾਲ ਝੋਲੀ ਪਾਵੇ ਦੁਆਵਾਂ ਦੇ ਕੇ ਪਰਤਣਾ ਹਾਂ ਸੱਚ ਇੱਕ ਗੱਲ ਹੋਰ ਮੇਰੀ ਬਿੱਲੋ ਰਾਣੀ ਆਪਣੀ ਜ਼ੁਬਾਨ ਤੋਂ ਕਦੇ ਬਦੂਆ ਨਾ ਦੇਈ ਦੁਨੀਆ ਚਾਰ ਦਿਨਾਂ ਦਾ ਮੇਲਾ ਏ ਬਦੂਆ ਤਾਂ ਆਪਾਂ ਰੱਬ ਨੂੰ ਨਹੀਂ ਦਿੰਦੇ ਜਿਸ ਨੇ ਕੱਚੇ ਪਿੱਲੇ ਘੜਿਆ ਸਾਨੂੰ ਠੀਕ ਹੈ ਗੁਰੂ ਜੀ ਜੋ ਤੁਹਾਡਾ ਹੁਕਮ ਕਹਿੰਦੀ ਹੋਈ ਮੀਰਾ ਬੋਲੀ ਨਾਲੇ ਦੇਖ ਬੱਚਿਆ ਮੇਰੀ ਹਾਲਤ ਤਾਂ ਤੇਰੇ ਸਾਹਮਣੇ ਹੀ ਹੈ ਦਵਾਈ ਬੂਟੀ ਨਾਲ ਤੁਰੀ ਫਿਰਦੀ ਹਾਂ ਤੈਨੂੰ ਹੁਣ ਕੋ ਗੁਰੂ ਬੰਨਣੇ ਹੀ ਪੈਣੇ ਨੇ ਢਿੱਡ ਦਾ ਮਸਲਾ ਏ ਮੇਰੀ ਲਾਡੋ ਸੋ ਕੱਲ ਤੋਂ ਤੂੰ ਨਾਚ ਦਾ ਅਭਿਆਸ ਕਰਨਾ ਹੈ ਮੈਂ ਸਿਖਾਵਾਂਗੀ ਤੈਨੂੰ ਬੜੀ ਪਿਆਰੀ ਰੂਹ ਹੈ ਕਦੇ ਨਿੱਕੀ ਜਹੀ ਗੱਲ ਤੇ ਅੜੀ ਵੀ ਕਰਕੇ ਦਿਖਾਇਆ ਕਰ ਖੁਸਰਾ ਤਾਂ ਅਥਰੀ ਘੋੜੀ ਵਰਗਾ ਹੁੰਦਾ ਜਿਸ ਦੀ ਲਗਾਮ ਫੜਨੀ ਖਾਲਾ ਜੀ ਦਾ ਵਾੜਾ ਨਹੀਂ ਹੁੰਦਾ ਤੇਰੀ ਮੜਕ ਤੋਂ ਲੱਖ ਵਾਰ ਕੁਰਬਾਨ ਜਾਵਾਂ ਮੇਰੀ ਲਾਡੋ ਚੰਗਾ ਹੋ ਜਾ ਬਹੰਤ ਬਲਬਲ ਬੋਲੀ ਅਗਲੇ ਦਿਨ ਦਿੱਤੇ ਸਮੇਂ ਅਨੁਸਾਰ ਦੁਪਹਿਰ ਨੂੰ ਮੀਰਾ ਵੱਡੇ ਹਾਲ ਕਮਰੇ ਵਿੱਚ ਨੱਚਣ ਦੀ ਸਿੱਖਿਆ ਲੈਣ ਪਹੁੰਚੀ ਕਹਿਣ ਅਨੁਸਾਰ ਮਨ ਮਨ ਬੋਰਾ ਵਾਲੇ ਛਣਕਦੇ ਘੁੰਗਰੂ ਉਸ ਨੇ ਮੱਥੇ ਨੂੰ ਛੁਆ ਕੇ ਦੋਨਾਂ ਪੈਰਾਂ ਵਿੱਚ ਬੰਨ ਲਏ ਹਾਰਮੋਨੀਅਮ ਤੇ ਕੋੜਾ ਮਲ ਤੇ ਢੋਲਕੀ ਤੇ ਬੈਠੇ ਜਗਨੂ ਨੇ ਜਿਉਂ ਹੀ ਥਾਪ ਦਿੱਤੀ ਬਲਬਲ ਨੇ ਹੱਥਾਂ ਪੈਰਾਂ ਦੀ ਹਰਕਤ ਨਾਲ ਨਸਰਤ ਫਤਿਹ ਅਲੀ ਦਾ ਕਲਾਮ ਛੇੜਿਆ ਫੈਰੀ ਇਸ਼ਕੇ ਦੀ ਝਾਂਜਰ ਪਾ ਕੇ ਹੋ ਫੈਰੀ ਗਲ ਪ੍ਰੇਮ ਦੀ ਮਾਲਾ ਪਾ ਕੇ ਮੈਂ ਅੱਗੇ ਸੋਹਣੇ ਯਾਰ ਦੇ ਨੱਚਾਂ ਮੈਂ ਅੱਗੇ ਸੋਹਣੇ ਯਾਰ ਦੇ ਨੱਚਾਂ ਮੀਰਾ ਦੇ ਪੱਬ ਵੀ ਖੁਦ ਵ ਖੁਦ ਤਾਲ ਦੇ ਨਾਲ ਫਰਕਣ ਲੱਗੇ ਜਗਨੂ ਨੇ ਹੋਰ ਜ਼ੋਰ ਦੀ ਥਾਪ ਮਾਰੀ ਤਾਂ ਮੀਰਾ ਅਜਬ ਜਿਹੇ ਰੌਣ ਨਾਲ ਭਰ ਗਈ ਉਸ ਦੇ ਕਦਮ ਸੁਰਤਾਲ ਨਾਲ ਇੱਕਮਿਕ ਹੋਏ ਐਉਂ ਨੱਚਣ ਲੱਗੇ ਕਿ ਜਿਵੇਂ ਉਹ ਕਿਸੇ ਸ਼ਾਹੀ ਮਹਿਲ ਦੀ ਤਵਾਇਫ ਰਹੀ ਹੋਵੇ ਉਸ ਦਾ ਵਦਨ ਰਬੜ ਦੀ ਗੁੱਡੀ ਵਾਂਗ ਲਚਕੀਲਾ ਹੋਇਆ ਸੁਰਾਂ ਦੀ ਤਾਲ ਤੇ ਨੱਚ ਰਿਹਾ ਸੀ ਨੈਣ ਮਟਕ ਰਹੇ ਸਨ ਨਾਚ ਕਲਾ ਦਾ ਇਹ ਰੰਗ ਤਾਂ ਉਸ ਨੇ ਵੀ ਆਪ ਦੇ ਵਿੱਚ ਪਹਿਲੀ ਵਾਰ ਮਹਿਸੂਸ ਕੀਤਾ ਸੀ ਬਲਬਲ ਜੁਗਨੂ ਕੜਾਮਲ ਵੀ ਹੈਰਾਨ ਹੋਏ ਇਹ ਸਭ ਤੱਕ ਰਹੇ ਸਨ ਖੁਸ਼ੀ ਨਾਲ ਖੀਵੀ ਹੋਈ ਤੇ ਹਫੀ ਬਲਬਲ ਗੋਂਦੀ ਗੋਂਦੀ ਚਫਹੀ ਹੋਈ ਸੀ ਕਿ ਮੀਰਾ ਨੇ ਆਪ ਗਾਉਣਾ ਸ਼ੁਰੂ ਕਰ ਦਿੱਤਾ ਨਾਲ ਸੱਜਣ ਦੇ ਜੱਛਦੀਆਂ ਮੈਂ ਹੌਲੀ ਬੋਲਾਂ ਸੱਜਦੀਆਂ ਮੈਂ ਜੱਗ ਤੋਂ ਵੀ ਨਾ ਬਚਦੀਆਂ ਮੈਂ ਤੰਦੀ ਸੁਰਤ ਭੁਲਾ ਕੇ ਮਾਹੀ ਆਇਆ ਏ ਪੇਸ ਵਟਾ ਕੇ ਮੈਂ ਅੱਗੇ ਸੋਹਣੇ ਯਾਰ ਦੇ ਨਚਾਂ ਉਸ ਦੀ ਅੱਡੀ ਦੀ ਧਮਕ ਨਾਲ ਡੇਰੇ ਦੀਆਂ ਕੰਧਾਂ ਵੀ ਹਿੱਲਣ ਲੱਗੀਆਂ ਵਾਵਰੀ ਹੋਈ ਮੀਰਾ ਹਾਲੋ ਵਿਹਾਲ ਹੁੰਦੀ ਕੁੰਗਰੂਆਂ ਨੂੰ ਛਣਕਾਉਂਦੀ ਦਾ ਅੰਗ ਅੰਗ ਸੁੱਕੇ ਪੱਤੇ ਵਾਂਗ ਫਰਕਦਾ ਲੱਗ ਰਿਹਾ ਸੀ ਆਪਣੇ ਪਿੰਡ ਆਉਣੇ ਨੇ ਅੱਜ ਤੇਰੇ ਵਰਗੇ ਤੂੰ ਵੀ ਕੁੰਗਰੂ ਪਾ ਕੇ ਆਵੀਂ ਪੁਰਾਣੀ ਗੱਲ ਯਾਦ ਆਉਂਦਿਆਂ ਹੀ ਉਸਨੇ ਹੋਰ ਤੇਜ਼ ਨੱਚਣਾ ਸ਼ੁਰੂ ਕਰ ਦਿੱਤਾ ਜਗਨੂ ਨੂੰ ਢੋਲਕੀ ਦੇ ਨਾਲ ਰਲਣਾ ਔਖਾ ਹੋਇਆ ਪਿਆ ਸੀ ਕੌੜਾ ਮਲ ਨੇ ਵੀ ਇਹ ਉੱਪਰਲੀ ਸਰਗਮ ਅੱਜ ਮੁੱਦਤ ਬਾਅਦ ਛੇੜੀ ਸੀ ਦੋਨੋਂ ਸਾਜੰਦੇ ਬੁਰੀ ਤਰ੍ਹਾਂ ਥੱਕ ਗਏ ਸਨ ਪਰ ਮੀਰਾ ਤਾਂ ਰੁਕਣ ਦਾ ਨਾਂ ਨਹੀਂ ਲੈ ਰਹੀ ਸੀ ਜਿਵੇਂ ਉਸ ਵਿੱਚ ਕੋਈ ਦੇਵੀ ਸ਼ਕਤੀ ਪ੍ਰਵੇਸ਼ ਕਰ ਗਈ ਹੋਵੇ ਪਸੀਨੇ ਨਾਲ ਭਿੱਜੀ ਰੇਸ਼ਮੀ ਲਾਲ ਕੁੜਤੀ ਬदन ਨੂੰ ਚਫਕ ਗਈ ਚਿਹਰੇ ਤੋਂ ਤਲੇਲ ਵਰਗੇ ਟਪਕੇ ਟਪ ਤੇਪਚੋ ਰਹੇ ਸਨ ਪਿਆਸ ਮਾਰੇ ਬੁੱਲ ਉਹ ਮੁੜ ਜੀਵ ਨਾਲ ਸੱਲੇ ਕਰਦੀ ਅਜਵਲੋਰ ਵਿੱਚ ਨੱਚ ਰਹੀ ਸੀ ਲਾਲੀ ਨੇ ਪਾਣੀ ਦਾ ਗਲਾਸ ਫੜਾਉਂਦਿਆਂ ਇਸ਼ਾਰਾ ਕਰਕੇ ਬੁੱਲ ਬਲ ਨੂੰ ਉਸ ਨੂੰ ਰੋਕਣ ਲਈ ਕਿਹਾ ਬਲਬਲ ਨੇ ਮੀਰਾ ਨੂੰ ਬਾਹੂ ਫੜ ਕੇ ਸ਼ਾਂਤ ਕੀਤਾ ਤੇ ਘੁੱਟ ਕੇ ਸੀਨੇ ਨਾਲ ਲਾਇਆ ਸਾਹੂ ਸਾਹ ਹੋਈ ਮੀਰਾ ਦੇ ਨੈਣ ਪਤਾ ਨਹੀਂ ਕਿਉਂ ਵਗ ਤੁਰੇ ਮੇਰੀ ਬਿੱਲੋ ਰਾਣੀ ਤੂੰ ਤਾਂ ਨਿਰਿਪੁਚਾਲ ਹੈ ਸ਼ਾਬਾਸ਼ੇ ਤੇਰੇ ਕਦਮਾਂ ਵਿੱਚ ਸੁਰਤਾਲ ਦਾ ਵਾਸ ਹੈ ਉੱਪਰ ਵਾਲੇ ਨੇ ਤੈਨੂੰ ਇਸ ਕਲਾ ਨਾਲ ਨਿਵਾਜ਼ ਕੇ ਭੇਜਿਆ ਥੋੜੀ ਬਹੁਤ ਸਿਖਲਾਈ ਨਾਲ ਹੀ ਤੂੰ ਕਮਾਲ ਦੀ ਨਾਚਰ ਬਣ ਜਾਵੇਂਗੀ ਦਿਲ ਖੁਸ਼ ਕਰ ਦਿੱਤਾ ਬਿੱਲੋ ਵਾਹ ਵਾਹ ਦੀਆਂ ਆਵਾਜ਼ਾਂ ਸਾਰੇ ਦੰਦਿਆਂ ਵੱਲੋਂ ਵੀ ਆ ਰਹੀਆਂ ਸਨ ਡੇਰੇ ਵਿੱਚ ਅੱਜ ਜਾਨੋ ਰੌਣਕ ਪਰਤ ਆਈ ਸੀ ਮੁਰਝਾਈਆਂ ਕਲੀਆਂ ਫਿਰ ਤੋਂ ਖਿੜ ਪਈਆਂ ਸਨ ਖੁਸ਼ੀ ਨਾਲ ਖੀਵੀ ਹੋਈ ਬੁਲਬੁਲ ਨੇ ਲਾਲੀ ਨੂੰ ਰਾਤਰੀ ਦੇ ਭੋਜ ਵਿੱਚ ਕੜਾਹ ਬਣਾਉਣ ਲਈ ਕਿਹਾ ਸਾਰਾ ਦਿਨ ਖੂਬ ਰੌਣਕ ਲੱਗੀ ਹਾਸਾ ਠੱਠਾ ਚੱਲਦਾ ਰਿਹਾ ਰਾਤ ਦਾ ਖਾਣਾ ਖਾ ਕੇ ਸਭ ਆਪੂ ਆਪਣੇ ਕਮਰਿਆਂ ਵਿੱਚ ਚਲੇ ਗਏ ਲਾਲੀ ਰੋਜ਼ ਦੀ ਤਰ੍ਹਾਂ ਹੀ ਦੇਰ ਰਾਤ ਤੱਕ ਭਾਂਡੇ ਢਿੰਡੇ ਸਾਭ ਦੀ ਰਸੋਈ ਵਿੱਚ ਮਸ਼ਰੂਫ ਰਹੀ 11 ਵਜੇ ਜਦੋਂ ਉੱਪਰ ਕਮਰੇ ਵਿੱਚ ਜਾਂਦੀ ਜਾਂਦੀ ਮੀਰਾ ਦੇ ਕਮਰੇ ਵਿੱਚ ਛਾਤ ਮਾਰਨ ਲੱਗੀ ਤਾਂ ਮੀਰਾ ਪੈਰਾਂ ਤੇ ਪਏ ਛਾਲਿਆਂ ਨੂੰ ਫੁੱਲਾ ਫੁੱਲਾ ਟੋਕੇ ਫਲੋਸ ਰਹੀ ਸੀ ਜਾਗਦੀ ਹੈ ਕੀ ਹੋਇਆ ਮੀਰਾ ਲਾਲੀ ਨੇ ਪਿਆਰ ਤੇ ਹਮਦਰਦੀ ਨਾਲ ਪੁੱਛਿਆ ਕੁੰਗਰੂ ਪਾਰੇ ਸਨ ਤੇ ਪਹਿਲੀ ਵਾਰ ਪਾਏ ਸਨ ਮੇਰੇ ਪੈਰਾਂ ਵਿੱਚ ਛਾਲੇ ਪੈ ਗਏ ਨੱਚੀ ਵੀ ਪਹਿਲੀ ਵਾਰ ਸਨ ਨਾ ਦਰਦ ਨਾਲ ਕਰਹਾਉਂਦੀ ਹੋਈ ਮੀਰਾ ਬੋਲੀ ਹਾਂ ਹੁਣ ਤਾਂ ਇਹ ਕੁੰਗਰੂ ਤੇ ਛਾਲੇ ਜ਼ਿੰਦਗੀ ਭਰ ਦਾ ਸਾਥ ਨੇ ਆਪ ਵੀ ਆਦੀ ਹੋ ਜਾਵੇਂਗੀ ਤੂੰ ਰੁਕ ਮੈਂ ਮੱਲਮ ਲਾਉਂਦੀ ਹਾਂ ਲਿਆ ਕੇ ਕਿਤੇ ਉਛੇੜ ਨਾ ਲਵੀਂ ਉਛੜਿਆ ਜ਼ਖਮ ਜ਼ਿਆਦਾ ਪੀੜ ਦਿੰਦੇ ਕਹਿੰਦੀ ਲਾਲੀ ਕਮਰੇ ਵਿੱਚੋਂ ਟਿਊਬ ਚੱਕ ਲਈ ਦੇਖੀ ਹੁਣੇ ਕਿਵੇਂ ਠੰਡ ਪੈ ਜਾਵੇਗੀ ਮੱਲਮ ਲਾਉਂਦੀ ਲਾਲੀ ਮੀਰਾ ਦਾ ਦਰਦ ਮਹਿਸੂਸ ਕਰਦੀ ਲੱਗ ਰਹੀ ਸੀ ਮੀਰਾ ਉਸ ਦਾ ਚਿਹਰਾ ਆਪ ਦੀ ਬੋਲੀ ਸਾਡੀ ਤਾਂ ਭਲਾ ਮਜਬੂਰੀ ਐ ਏਕ ਗੰਗਰੂ ਸਾਡੀ شناخت ਨੇ ਪਰ ਤੈਨੂੰ ਕੀ ਵਿਵਪਤਾ ਪਈ ਐ ਇਨਾ ਗੰਗਰੂਆਂ ਦਾ ਸ਼ੋਰ ਸੁਣਨ ਦੀ ਤੂੰ ਤਾਂ ਖੂਬਸੂਰਤ ਤੇ ਮੁਕਮਲ ਔਰਤ ਹੈਂ ਉਸ ਖੁਦਾ ਦੀ ਬੇਹਦ ਹਸੀਨ ਰਚਨਾ ਹੈ ਤੂੰ ਜਿਵੇਂ ਕਿਸੇ কুমਹਾਰ ਨੇ ਕਲਾਕਾਰੀ ਵਾਲੀ ਸਰਾਹੀ ਘੜੀ ਹੋਵੇ ਤੂੰ ਛੱਡ ਮੇਰਾ ਇਹਨਾਂ ਗੱਲਾਂ ਦਾ ਜਵਾਬ ਤਾਂ ਮੇਰੇ ਕੋਲ ਵੀ ਨਹੀਂ ਮੈਂ ਤੈਨੂੰ ਕੀ ਦੱਸਾਂ ਨਹੀਂ ਨਹੀਂ ਮੈਂ ਸੱਚੀ ਜਾਨਣਾ ਚਾਹੁੰਦੀ ਹਾਂ ਹਰ ਵਕਤ ਇਹ ਖਿਆਲ ਮੇਰਾ ਪਿੱਛਾ ਨਹੀਂ ਛੱਡਦਾ ਕਿ ਲਾਲੀ ਵਿੱਚ ਭਲਾ ਕੀ ਘਾਟ ਹੈ ਉਹ ਕਿਉਂ ਡੇਰੇ ਵਿੱਚ ਰਹਿੰਦੀ ਹੈ ਸੁਣਾ ਚਾਹੁੰਦੀ ਹੈ ਤੇ ਲੈ ਫਿਰ ਸੁਣ ਮੇਰੇ ਤਾਂ ਚੇਤਾ-ਚੇਤੇ ਵੀ ਨਹੀਂ ਸੀ ਕਿ ਜ਼ਿੰਦਗੀ ਇੰਨੀ ਨਮਹੋਰੀ ਹੋ ਕੇ ਟਕਰੇਗੀ ਪਖੜੇ ਦੇ ਕੰਡਿਆਂ ਵਾਂਗ ਚੁੱਭ ਕੇ ਮੇਰੀਆਂ ਤਲੀਆਂ ਲਹੂ-ਲਹਾਨ ਕਰ ਦੇਵੇਗੀ ਜਵਾਨੀ ਵਿੱਚ ਹੁਸਨ ਦੀ ਮਲਿਕਾ ਸੀ ਮੈਂ ਸਾਖ ਮੰਗਣ ਵਾਲਿਆਂ ਦੀ ਲਾਈਨ ਨਹੀਂ ਸੀ ਟੁੱਟਦੀ ਸੌਂ ਗੁਰੂ ਦੀ ਤੇ ਉੱਤੋਂ ਮੇਰਾ ਨਖਰਾ ਵੀ ਦੇਖਣ ਵਾਲਾ ਸੀ ਮਾੜਾ-ਮੋਟਾ ਘਰ-ਬਾਰ ਤੇ ਮੁੰਡਾ ਤਾਂ ਮੇਰੇ ਨੱਕ ਥੱਲੇ ਹੀ ਨਹੀਂ ਸੀ ਆਉਂਦਾ ਅਖੀਰ ਨੂੰ ਮੇਰਾ ਰਿਸ਼ਤਾ ਚੰਗੇ ਤਗੜੇਕਰ ਹੋਇਆ ਛੇ ਫੋਟਾ ਲੰਮਾ ਸਰੂ ਦੇ ਬੂਟੇ ਵਰਗਾ ਮਾਪਿਆਂ ਦਾ ਇਕੱਲਾ ਕਹਿਰਾ ਮੁੰਡਾ ਮੈਨੂੰ ਸਹਰੇ ਬਣ ਕੇ ਵਿਆਹ ਆਇਆ ਵਰੀ ਤੇ ਬਰਾਤ ਦੇਖ ਕੇ ਤਾਂ ਲੋਕਾਂ ਦੇ ਦੰਦੀ ਜੀਭਾਂ ਆ ਗਈਆਂ ਸਨ ਸੂਹੇ ਸ਼ਾਲੂ ਵਿੱਚ ਲੈਪਟੀ ਰੋਂਦੀ ਕੁਰਲਾਂਦੀ ਨੂੰ ਮਾਪਿਆਂ ਤੇ ਵੀਰਾਂ ਨੇ ਚਾਹੀ ਚਾਹੀ ਵੇਦਾ ਕੀਤਾ ਮੇਰੇ ਸਹਰੇ ਨੇ ਤਾਂ ਗੱਡੀ ਉਤੋਂ ਫਾਂ ਸੱਟ ਦੇ ਨੇ ਧਰਤੀ ਚਮਕਣ ਲਾ ਦਿੱਤੀ ਸੀ ਮੂੰਹ ਹਨੇਰੇ ਮੇਰਾ ਡੋਲਾ ਲਾਇਆ ਸੱਸ ਨੇ ਪਾਣੀ ਵਾਰਿਆ ਸੌ ਸੌ ਸ਼ਗਨ ਕੀਤੇ ਮੈਂ ਤੇ ਸਾਡੇ ਪਿੰਡ ਦੀ ਲਾਗਨ ਤੇ ਹੋਰ ਮੇਲ ਬੈਠਕ ਵਿੱਚ ਬੈਠੇ ਸੀ ਰਾਤ ਦੀ ਰੋਟੀ ਖਾਂਦੇ ਸਾਰ ਕੁਝ ਕੁ ਸ਼ਰਾਬੀ ਨੱਚਣ ਲੱਗ ਪਏ ਰੱਬ ਜਾਣੇ ਕੌਣ ਕੀ ਦੇ ਨਾਲ ਖੈਬਰ ਪਿਆ ਬਸ ਲਾਲਾ ਲਾਲਾ ਹੁੰਦੀ ਤੋਂ ਗੋਲੀ ਚੱਲਣ ਦੀ ਆਵਾਜ਼ ਆਈ ਵਾੜੀ ਕੜੀ ਕਿਹੜਾ ਪੁੱਛ ਕੇ ਆਉਂਦੀ ਹੈ ਹਾਂ ਕਾ ਲੈਂਦੀ ਲਾਲੀ ਬੋਲੀ ਅੱਛਾ ਫਿਰ ਕੀ ਹੋਇਆ ਮੇਰਾ ਦੇ ਸਾਹ ਰੁਕਣ ਵਾਲੇ ਹੋਏ ਪਏ ਸਨ ਹੋਣਾ ਕੀ ਸੀ ਮੇਰੇ ਸਿਰ ਦੇ ਸਾਈ ਦਾ ਸੱਥਰ ਵਿੱਚ ਗਿਆ ਅੱਖੇ ਲੜਦਿਆਂ ਨੂੰ ਹਟਾਉਣ ਗਿਆ ਸੀ ਪੰਉ ਇਹ ਤਾਂ ਗਲਤੀ ਨਾਲ ਬੰਦੂਖ ਦਾ ਘੋੜਾ ਦੱਬਿਆ ਗਿਆ ਸਾਰਾ ਵੇੜਾ ਉਸ ਦੀ ਰਤ ਨਾਲ ਰੰਗਿਆ ਗਿਆ ਠੀਕ ਚਿਹੜਾ ਪੈ ਗਿਆ ਸੁਹਾਗ ਦੇ ਰੰਗਲੇ ਚੂੜੇ ਪੰਨ ਦੀ ਕਦੇ ਵਾਲ ਫੁੱਟ ਦੀ ਦੋ ਹਥੜੇ ਮਾਰਦੀ ਮੈਂ ਤਾਂ ਬੇਸੁਰਤ ਹੋ ਗਈ ਸੀ ਮੈਂ ਨ ਭਾਗਨ ਤਾਂ ਇੱਕ ਰਾਤ ਵੀ ਸਹੱਗ ਨਾ ਰਹੀ ਨਾ ਹੀ ਟੁੱਕਣ ਵਾਲੇ ਸਿਰ ਦੇ ਸਾਈ ਨੇ ਮੇਰਾ ਕੋਈ ਅੰਗ ਛੋਇਆ ਸੀ ਉਸ ਰਾਤ ਮੈਂ ਕਈ ਮੌਤਾਂ ਮਰੀ ਹਾਈ ਮੈਂ ਮਰ ਜਾ ਰੱਬ ਏਡਾ ਪਾਪੀ ਮੇਰਾ ਕੁੰਗੜ ਕੇ ਵੈੰਦੀ ਬੋਲੀ ਕਲ ਮੁਹੀ ਖਾ ਗਈ ਕਲ ਜੋਗਨ ਨੇ ਘਰ ਪੈਰ ਪਾ ਕੇ ਉਜਾੜ ਦਿੱਤਾ ਵਰਗੇ ਤਰ੍ਹਾਂ ਤਰ੍ਹਾਂ ਦੇ ਬੋਲ ਅਗਲੇ ਦਿਨ ਸੰਸਕਾਰ ਤੇ ਆਏ ਮੇਰੇ ਮਾਪਿਆਂ ਦੇ ਕੰਨੀ ਪਏ ਰੋਂਦੇ ਪੱਟ ਦੇ ਬੁੱਢੇ ਮਾਪੇ ਉਜੜੀ ਧੀ ਨੂੰ ਅਗਲੇ ਦਿਨ ਪੈਂਡ ਨਾਲ ਮੋੜ ਕੇ ਲੈ ਗਏ ਉੱਥੇ ਵਸਨ ਨੂੰ ਰਹਿ ਵਿਕੀ ਗਿਆ ਸੀ ਜੇ ਮੂਹ ਵੀ ਹੁੰਦਾ ਤਾਂ ਮੈਂ ਫਿਰ ਵੀ ਸਵਰ ਕਰ ਲੈਂਦੀ ਕਹਿੰਦੀ ਲਾਲੀ ਦੀਆਂ ਅੱਖਾਂ ਪਰ ਆਈਆਂ ਰੋਣਾ ਗੱਲ ਕਰ ਭੈਣ ਬਣ ਕੇ ਮੀਰਾ ਲਾਲੀ ਦਾ ਹੱਥ ਕਟਦੀ ਉਸਦੇ ਹੰਝੂ ਪੂੰਝਦੀ ਬੋਲੀ ਨੀਮ ਪਾਗਲਾ ਵਾਂਗ ਮੈਂ ਪਿੰਡ ਦੀਆਂ ਗਲੀਆਂ ਗੋਂਦੀ ਫਿਰਦੀ ਜਹਾਫ ਟੁੱਟ ਕੇ ਖਣ ਪੱਟੀ ਲੈ ਕੇ ਅੰਦਰ ਪੈ ਜਾਂਦੀ ਕਈ ਕਈ ਦਿਨ ਖਾਂਦੀ ਪੀਂਦੀ ਨਾ ਮਾਪਿਆਂ ਬੇਣਤੀਆਂ ਦੇ ਦੁੱਖ ਕੌਣ ਜਾਣਦਾ ਵੱਡੇ ਮਾਪੇ ਮੈਨੂੰ ਡਾਕਟਰੀ ਇਲਾਜ ਲਈ ਥਾਂ ਥਾਂ ਚੱਕੀ ਫਿਰਦੇ ਕੋਈ ਕਹਿੰਦਾ ਦਿਮਾਗੀ ਪਰੇਸ਼ਾਨੀ ਹੈ ਕੋਈ ਕਹਿੰਦਾ ਸਦਵੇਂ ਚਾ ਮੇਰਾ ਤੰਦ ਪੇਟ ਦੇ ਪੇਟ ਦੇ ਉਹ ਆਪ ਬੀਤ ਗਏ ਤੇ ਇੱਕ ਸਾਲ ਵਿੱਚ ਹੀ ਅੱਗੜ ਪਿਛੜ ਦੁਨੀਆ ਤੋਂ ਚਲੇ ਗਏ ਅਤੇ ਮੈਨੂੰ ਛੱਡ ਕੇ ਅਰਸ਼ੀ ਜਾਂ ਬਸੇ ਮੈਨੂੰ ਯਤীন ਕਰ ਗਏ ਕਹਿ ਕੇ ਲਾਲੀ ਉੱਚੀ ਉੱਚੀ ਰੋਣ ਲੱਗੀ ਚੱਲ ਬੱਸ ਕਰ ਬਾਕੀ ਗੱਲ ਫੇਰ ਕਦੇ ਕਰਾਂਗੇ ਆ ਫੜ ਪਾਣੀ ਪੀ ਮੀਰਾ ਜੱਗ ਚੋਂ ਪਾਣੀ ਦਾ ਗਲਾਸ ਫੜ ਕੇ ਫੜਾਉਂਦੀ ਬੋਲੀ ਨਾ ਮੀਰਾ ਨਾ ਹੁਣ ਮੇਰੇ ਅੰਦਰਲਾ नाग ਜਾਗਿਆ ਹੋਇਆ ਸਾਰੀ ਜ਼ਹਿਰ ਸੜਾਕ ਲਵੇਗਾ ਰੋਜ਼ ਰੋਜ਼ ਮੇਰੇ ਤੋਂ ਮਰਿਆ ਨਹੀਂ ਜਾਂਦਾ ਅੱਜ ਸਾਰੀ ਬਾਤ ਸੁਣ ਲੈ ਤੇ ਫਿਰ ਕਦੇ ਨਾ ਛੇੜੀ ਮੇਰੇ ਅਤੀਤ ਨੂੰ ਸੋਰਤ ਸਿਰ ਹੁੰਦੀ ਲਾਲੀ ਬੋਲੀ ਜਿਵੇਂ ਤੇਰਾ ਜੀ ਮੰਨੇ ਚੱਲ ਦੱਸ ਦੋਨੋਂ ਭਰਾਵਾਂ ਦੇ ਘਰ ਵਸਦੇ ਰਸ ਦੇ ਸਨ ਬਸ ਮੈਂ ਹੀ ਢਾਲ ਵਿੱਚ ਕੋਕੜੂ ਵਾਂਗ ਰੜਕਦੀ ਸੀ ਪਰ ਜਾਈਆਂ ਕੰਮਕਾਰ ਵੇਲੇ ਪੁਚਕਾਰ ਲੈਂਦੀਆਂ ਗੋਲੀਆਂ ਵਾਂਗ ਕੰਮ ਲੈਂਦੀਆਂ ਤੇ ਫਿਰ ਇੱਕ ਦੂਜੇ ਵੱਲ ਟਕੇਲ ਦਿੰਦੀਆਂ ਮੇਰਾ ਕੋਈ ਘਰ ਨਾ ਰਿਹਾ ਹਾਏ ਹਾਏ ਭਰਾ ਕਿਵੇਂ ਜਰਦੇ ਰਹੇ ਮੀਰਾ ਬੋਲੀ ਪਰ ਛੱਟ ਉਸ ਦੇ ਮੂਰੇ ਬਰਕਤ ਦੇ ਕਹੇ ਸ਼ਬਦ ਮੂੰਹ ਤੇ ਚਪੇੜ ਪਈ ਮਹਿਸੂਸ ਹੋਈ ਔਰਤ ਹੀ ਔਰਤ ਦੀ ਦੁਸ਼ਮਣ ਹੁੰਦੀ ਹੈ ਸੋਸੋ ਖੇਖਣ ਕਰਕੇ ਮਰਦ ਨੂੰ ਪਿੱਛੇ ਲਾ ਲੈਂਦੀਆਂ ਨੇ ਐਵੇਂ ਤਾਂ ਨਹੀਂ ਲੋਕ 365 ਚਲੀਤਰ ਨਾਰ ਦੇ ਆਖਦੇ ਨੇ ਚਲ ਛੱਡ ਤੂੰ ਉਹ ਗੱਲ ਫਿਰ ਭਰਾਵਾਂ ਨੇ ਮੇਰੇ ਤੋਂ ਖਿਹੜਾ ਛੁੜਾਣ ਲਈ ਮੇਰੇ ਤੋਂ ਦੁੱਗਣੀ ਉਮਰ ਦੇ ਨਸ਼ੇੜੀ ਨਾਲ ਵਿਆਹ ਕੇ ਤੋੜ ਦਿੱਤੀ ਹਾਏ ਹਾਏ ਇਹ ਦੂਤਾ ਖੂਚ ਤੱਕਾ ਦੇ ਦਿੰਦੇ ਗੁੱਸੇ ਵਿੱਚ ਮੀਰਾ ਬੋਲੀ ਖੂਚ ਹੀ ਤੱਕਾ ਦਿੱਤਾ ਸੀ ਹੋਰ ਕੀ ਕੀਤਾ ਸੀ ਭੁੱਖੇ ਜੱਟ ਕਟੋਰਾ ਲੱਭਾ ਪਾਣੀ ਪੀ ਵੀ ਆਫ ਰਿਆ ਉਹ ਹਰਾਮ ਦਾ ਪਹਿਲੀ ਰਾਤ ਮਨਾਉਣ ਦੀ ਖੁਸ਼ੀ ਵਿੱਚ ਹੀ ਆਥ ਨੇ ਮੂੰਹ ਹਨੇਰੇ ਨਸ਼ੇ ਦੀ ਵਾਦ ਘਾਟ ਕਰ ਬੈਠਾ ਉਹਦੀ ਸਕੀਰੀ ਵਿੱਚ ਮਾਮੇ ਦਾ ਮੁੰਡਾ ਤੇ ਉਹਦੀ ਬਹੂ ਤੇ ਦੋ ਚਾਰ ਰਿਸ਼ਤੇਦਾਰ ਹੋરાਏ ਹੋਏ ਸੀ ਅਖੇ ਜੀ ਕਵਰੋਂ ਦਾ ਕਹਿ ਕੇ ਕੰਪਨੀ ਜਹੀ ਛਿੜੀ ਕੋਈ ਕਹੇ ਮਿਰਗੀ ਦਾ ਦੌਰਾ ਕੋਈ ਜੁੱਤੀ ਸੁਂਗਾਵੇ ਬਸ ਉਲਟੀ ਆਈ ਤੇ ਉਹਦਾ ਸਰੀਰ ਮੈਂਟਾਂ ਵਿੱਚ ਹੀ ਆਕੜ ਗਿਆ ਅਜੇ ਕਾਰ ਚ ਪਾ ਕੇ ਨੇੜਲੇ ਸ਼ਹਿਰ ਲੈ ਕੇ ਹੀ ਚੱਲੇ ਸਨ ਪਰ ਸਰੀਰ ਠੰਡਾ ਹੋਇਆ ਦੇਖ ਕੇ ਘਰ ਮੋੜਾ ਦੂਰੀਵਾਰ ਮੈਂ ਫਿਰ ਵਿਧਵਾ ਹੋਈ ਦਹਾਜੂ ਹੋ ਕੇ ਵੀ ਮੈਂ ਕੁਵਾਰੀ ਹੀ ਰਹੀ ਉਸ ਵਿਚਾਰੇ ਦਾ ਤਾਂ ਕਿਸੇ ਨੇ ਕੀ ਦੁੱਖ ਮਨਾਉਣਾ ਸੀ ਲੋਕਾਂ ਦਾ ਜ਼ੋਰ ਮੇਰੇ ਮੱਥੇ ਤੇ ਕਲਮੂਹੀ ਲਿਖਨ ਤੇ ਲੱਗਿਆ ਹੋਇਆ ਸੀ ਹਣ ਤਾਂ ਇਲਜ਼ਾਮ ਮੇਰੇ ਮੱਥੇ ਤੇ ਪੱਕੇ ਤੌਰ ਤੇ ਖੁਣਿਆ ਗਿਆ ਸੀ ਹਾਏ ਮੈਂ ਮਰ ਜਾ ਚੰਦਰੀਏ ਰੱਬ ਇਨਾ ਹੁਸਨ ਦੇ ਕੇ ਲੇਖ ਲਿਖਣਾ ਭੁੱਲ ਗਿਆ ਸੀ ਹਾਂ ਮੀਰਾ ਤੂੰ ਸੱਚ ਨਹੀਂ ਬੰਨਣਾ ਲੋਕ ਮੈਨੂੰ ਕਿਵੇਂ ਬਦੀਨ ਕਰ ਦੇ ਮੇਰੇ ਮੱਥੇ ਲੱਗਣ ਤੋਂ ਡਰਦੇ ਪਿੰਡ ਵਿੱਚ ਜੇ ਕਦੇ ਕੋਈ ਸ਼ਗਨਾਂ ਦੀ ਰਸਮ ਹੁੰਦੀ ਤਾਂ ਮੇਰੀਆਂ ਪਰਜਾਈਆਂ ਮੈਨੂੰ ਬਾਹਰ ਨਾ ਜਾਣ ਦਿੰਦੀਆਂ ਜਿਵੇਂ ਮੈਂ ਕੋਈ ਭੂਤ ਛੜੇਲ ਹੋਵਾਂ ਮੇਰੀ ਪਰਛਾਈਂ ਤੋਂ ਡਰਦੇ ਲੋਕ ਰਾਹ ਬਦਲ ਲੈਂਦੇ ਕਮੀਨੇ ਡਰਪੋਕ ਮੀਰਾ ਹੋਕਾ ਲੈਂਦੀ ਬਲਬੜਾਈ ਫਿਰ ਇੱਕ ਦਿਨ ਸਾਡੇ ਪਿੰਡ ਮਹੰਤ ਬਲਬਲ ਵਧਾਈ ਲੈਣ ਆਈ ਗ੍ਰਹਿਸਤੀ ਦਾ ਖਿਆਲ ਤਾਂ ਮੈਂ ਮਨੋਂ ਕੱਢ ਬੈਠੀ ਸੀ ਦੋ ਬੰਦੇ ਨਿਗਲ ਕੇ ਮੈਂ ਪਛਤਾਵੇ ਦੀ ਪੱਠੀ ਵਿੱਚ ਸੜ ਰਹੀ ਸੀ ਸੋ ਮੈਂ ਤਾਂ ਉਮਰ ਤੁਹਾਡੇ ਲੋਕਾਂ ਵਾਂਗ ਸੁੱਚੀ ਦੇ ਰੱਖਣ ਦੀ ਧਾਰ ਲਈ ਤੇ ਮਨੋਂ ਮਨ ਸੋਚਿਆ ਕਿਉਂ ਨਾ ਪਿਆਰ ਤੋਂ ਉਹਨੇ ਇਨਾ ਇਨਸਾਨਾਂ ਲਈ ਆਪਣੀ ਜ਼ਿੰਦਗੀ ਨਿਛਾਵਰ ਕਰਦੇ ਆ ਮਹਾਂਤ ਬਲਬਲ ਮੂਰੇ ਜਾ ਕੇ ਮੈਂ ਹੱਥ ਬੰਨੇ ਤੇ ਮੈਨੂੰ ਸੇਵਾ ਲਈ ਰੱਖ ਲਓ ਮੇਰਾ ਕੋਈ ਨਹੀਂ ਰੱਬ ਵਰਗੀ ਮਹਾਂਤ ਬਲਬਲ ਵੀ ਛੱਟ ਮੂਮ ਵਾਂਗ ਪਿਗਲ ਗਈ ਤੇ ਮੈਨੂੰ ਕਲਾਵੇ ਵਿੱਚ ਭਰ ਕੇ ਨਾਲ ਚੱਲਣ ਲਈ ਕਿਹਾ ਲੋਕ ਬਥੇਰਾ ਥੂਥੂ ਕਰਦੇ ਸੀ ਮੂੰਹ ਬਣਾਵਨਾ ਗੱਲਾਂ ਕਰਦੇ ਸੀ ਪਰ ਮੈਂ ਇੱਕ ਨਾ ਸੁਣੀ ਚੰਗਾ ਕੀਤਾ ਨਰਕ ਚੋਂ ਨਿਕਲ ਆਈ ਤੂੰ ਮੇਰਾ ਸੁੱਖ ਦਾ ਸਾਹ ਲੈਂਦੀ ਬੋਲੀ ਹੋਰ ਕੀ ਕੰਮ ਧੰਦਾ ਕਰਦੀ ਹਾਂ ਸੋਹਣਾ ਬਣ ਕੇ ਰਹਿੰਦੀ ਹਾਂ ਬਥੇਰਾ ਪਿਆਰ ਮਿਲਦਾ ਇਹਨਾਂ ਸਾਰਿਆਂ ਤੋਂ ਪਰ ਤੇਨੂੰ ਜੀਵਨ ਸਾਥੀ ਦੀ ਲੋੜ ਮਹਿਸੂਸ ਨਹੀਂ ਹੁੰਦੀ ਮੈਂ ਸੁਣਿਆ ਕਿ ਇਹ ਮਰਦ ਔਰਤ ਤਾਂ ਇੱਕ ਦੂਜੇ ਬਿਨਾਂ ਅਧੂਰੇ ਹੁੰਦੇ ਨੇ ਮੇਰਾ ਪੁੱਛਣ ਲੱਗੀ ਜਿਸਮਾਨੀ ਲੋੜ ਮੂਰੇ ਤਾਂ ਫਕੀਰੀ ਕੱਟੀ ਜਾਂਦੀ ਐ ਪਰ ਚੰਦਰੀ ਰੂਹ ਤਾਂ ਪਿਆਰ ਦੇ ਦੋ ਬੋਲਾਂ ਨੂੰ ਬੂੰਦ ਬੂੰਦ ਤਰਸਦੀ ਪਪੀਹੇ ਵਾਂਗ ਵੇਲਣ ਲੱਗ ਜਾਂਦੀ ਹੈ ਲਾਲੀ ਬੋਲੀ ਤੂੰ ਸੱਚ ਨਾਲ ਹੀ ਸਕੂਨ ਵਿੱਚ ਲਾਲੀ ਮੇਰਾ ਧੁਰ ਤੈ ਤੱਕ ਜਾਣਨ ਦੀ ਲੋਚਾ ਵਿੱਚ ਪੁੱਛਣ ਲੱਗੀ ਹਾਂ ਜਦ ਕਦੇ ਮਨ ਉਬਾਲਾ ਖਾਂਦਾ ਤਾਂ ਤੁਹਾਡੇ ਵੱਲ ਦੇਖ ਕੇ ਸਬਰ ਆ ਜਾਂਦਾ ਜ਼ਿੰਦਗੀ ਨਾਲ ਸਮਝੌਤਾ ਕਰਨਾ ਸਿੱਖਿਆ ਮੈਂ ਇੰਨਾ ਸਾਰਿਆਂ ਤੋਂ ਰਜ਼ਾ ਵਿੱਚ ਰਹਿਣਾ ਆ ਹੀ ਗਿਆ ਹੈ ਮੈਂ ਖਾਮੋਸ਼ੀ ਖੁਦਾ ਤੋਂ ਸਿੱਖ ਲਈ ਹੈ ਸੁਣ ਕੇ ਝਟ ਮੀਰਾ ਨੇ ਲਾਲੀ ਨੂੰ ਕਲਾਵੇ ਵਿੱਚ ਪਰ ਪਿਆਰ ਕੀਤਾ ਦਰਦ ਫਰੋਲ ਕੇ ਹਲਕੀ ਫੁੱਲ ਵਰਗੀ ਹੋਈ ਲਾਲੀ ਤੇ ਮੀਰਾ ਦੀਆਂ ਅੱਖਾਂ ਵਿੱਚ ਉਨੀਂਦਰਾ ਭਾਵੇਂ ਰੜਕਣ ਲੱਗਿਆ ਪਰ ਦੋਨੋਂ ਆਪੋ ਆਪਣੇ ਕਮਰਿਆਂ ਵਿੱਚ ਸੌਣ ਗਈਆਂ ਪਤਾ ਨਹੀਂ ਸੁੱਤੀਆਂ ਕਿ ਸਹਿਕ ਦੀਆਂ ਰਹੀਆਂ